ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ 'ਚ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਵੱਲੋਂ ਹੋਏ ਦੇ ਸੰਸਾਰ, ਅਸੀਂ ਅੱਜ ਅੰਬਾਂ ਦੇ 10 ਬੂਟੇ ਲਗਾਏ ਨੇ। ਇਹ ਅੰਬਾਂ ਦੇ 10 ਬੂਟੇ ਜਿਹੜੇ ਨੇ ਉਹ ਵੱਡੇ ਅੰਬਾਂ ਦੇ ਬੂਟੇ ਨੇ ਜਿਹੜੇ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਅਤੇ ਡਾਕਟਰ ਲਖਵਿੰਦਰ ਸਿੰਘ ਜੀ ਦੇ ਉਦਮ ਸਦਕਾ ਵਿਸ਼ੇਸ਼ ਗਮਲਿਆਂ 'ਚ ਲਗਾਏ ਨੇ। ਸਾਡਾ ਮੰਤਵ ਇੱਕੋ ਹੀ ਆ ਕਿ ਪ੍ਰਕਰਮਾ ਦੇ ਵਿੱਚ ਪਹਿਲਾਂ ਵੀ ਅੰਬਾਂ ਦੇ ਬੂਟੇ ਹੁੰਦੇ ਸੀ ਅਤੇ ਉਸ ਰਵਾਇਤ ਨੂੰ ਬਹਾਲ ਰੱਖਣ ਲਈ ਜਿਹੜੇ ਦੇਸੀ ਅੰਬਾਂ ਦੇ ਬੂਟੇ ਨੇ ਵਾਢਾਕਾਰੀ ਲਾਏ ਨੇ, ਤਾਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜਿਹੜੇ ਲੋਕ ਆਉਣ ਵਾਲੇ ਨੇ, ਦਰਸ਼ਨ ਇਸ਼ਨਾਨ ਕਰਨ ਵਾਲੇ ਨੇ, ਇਸ ਰੂਹਾਨੀਅਤ ਦੇ ਕੇਂਦਰ ਤੋਂ ਜਿਹੜਾ ਵਾ ਉਹ ਹਰਿਆਵਲ ਦਾ ਮੈਸੇਜ ਲੈ ਕੇ ਜਾਣ। ਦੀਵਾਲੀ ਅਤੇ ਬੰਦੀ ਛੋੜ ਦਿਵਸ 'ਤੇ ਆਪਣੇ ਘਰਾਂ ਦੇ ਵਿੱਚ ਵੀ ਬੂਟੇ ਲਾ ਕੇ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਵਿੱਚ ਸਹਾਇਕ ਹੋਣ, ਤਾਂ ਕਿ ਜਿਹੜਾ ਪੰਜਾਬ ਦਾ ਵਾਤਾਵਰਨ ਆ ਉਹ ਸ਼ੁੱਧ ਹੋ ਸਕੇ। ਕੱਲ੍ਹ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਬੰਦੀ ਛੋੜ ਦਿਵਸ ਦੇ ਮੌਕੇ 'ਤੇ ਜਿਹੜਾ ਬੰਦੀ ਛੋੜ ਦਿਵਸ ਆ ਉਹ ਖਾਲਸਾ ਹੀ ਰਵਾਇਤਾਂ ਅਨੁਸਾਰ ਮਨਾਇਆ ਜਾ ਰਿਹਾ, ਪੰਥਕ ਜਾਹੋ ਜਲਾਲਾ ਮਨਾਇਆ ਜਾ ਰਿਹਾ। ਇੱਥੇ ਪੂਰੀ ਦੀਪਮਾਲਾ ਹੋਏਗੀ, ਪਰ ਦੀਪਮਾਲਾ ਸਮੇਂ ਅਸੀਂ ਘੱਟ ਤੋਂ ਘੱਟ ਜਿਹੜਾ ਪ੍ਰਦੂਸ਼ਣ ਹੈ ਕਰਨਾ ਚਾਹੁੰਦੇ ਹਾਂ। ਰਵਾਇਤੀ ਤੌਰ 'ਤੇ ਦੇਸੀ ਘਿਓ ਦੇ ਦੀਵੇ ਜਗਾ ਕੇ ਅਸੀਂ ਸ਼ਰਧਾ ਸਤਿਕਾਰ ਵੀ ਗੁਰੂ ਘਰਾਂ 'ਚ ਭੇਟ ਕਰਾਂਗੇ, ਪਰ ਨਾਲ ਦੀ ਨਾਲ ਅਸੀਂ ਘੱਟ ਤੋਂ ਘੱਟ ਆਤਿਸ਼ਬਾਜ਼ੀ ਚਲਾ ਕੇ, ਘੱਟ ਤੋਂ ਘੱਟ ਪ੍ਰਦੂਸ਼ਣ ਪੈਦਾ ਕਰਨ ਵਾਲੀ, ਘੱਟ ਤੋਂ ਘੱਟ ਜਿਹੜਾ ਸਾਊਂਡ ਪੈਦਾ ਕਰਨ ਵਾਲੀ ਆਤਿਸ਼ਬਾਜ਼ੀ ਚੁਕਾ ਕੇ ਅਸੀਂ ਪੌਦੇ ਲਗਾ ਕੇ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਗ੍ਰੀਨ ਦੀਵਾਲੀ ਮਨਾਈਏ, ਤਾਂ ਕਿ ਪੰਜਾਬ ਦਾ ਜਿਹੜਾ ਵਾਤਾਵਰਨ ਹੈ ਸ਼ੁੱਧ ਹੋ ਸਕੇ। ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ, ਭਾਰਤ ਦੇਸ਼ ਦੇ ਵਿੱਚ ਦੁਸਹਿਰਾ ਅਤੇ ਦੀਵਾਲੀ ਘਰ ਘਰ ਮਨਾਈ ਜਾਂਦੀ ਆ, ਅਤੇ ਅਸੀਂ ਚਾਹ ਦੇ ਨਾਲ ਪਟਾਕੇ ਚਲਾ ਕੇ ਬਹੁਤ ਵੱਡੀ ਪੱਧਰ 'ਤੇ ਪ੍ਰਦੂਸ਼ਣ ਪੈਦਾ ਕਰਦੇ ਹਾਂ, ਜਿਹੜਾ ਨਾਲ ਸਾਡੀ ਸਿਹਤ ਨਾਲ ਖਿਲਵਾੜ ਹੋ ਰਿਹਾ, ਸਾਡੀ ਸਿਹਤ ਬਰਬਾਦ ਹੋ ਰਹੀ ਆ। ਜਦੋਂ ਕਿ ਜਿਹੜਾ ਕਿਸਾਨ ਆ ਉਹ ਮਜਬੂਰੀ 'ਚ ਪਰਾਲੀ ਸਾੜਦਾ ਵਾ, ਅਤੇ ਅਸੀਂ ਉਹਨਾਂ 'ਤੇ ਪਾਬੰਦੀਆਂ ਲਾਉਂਦੇ ਹਾਂ। ਕਿਸਾਨ ਦਾ ਪ੍ਰਦੂਸ਼ਣ ਪੈਦਾ ਕਰਨਾ ਮਜਬੂਰੀ ਆ, ਪਰ ਜਿਹੜਾ ਅਸੀਂ ਪ੍ਰਦੂਸ਼ਣ ਪੈਦਾ ਕਰਦੇ ਹਾਂ ਘਰਾਂ ਦੇ ਵਿੱਚ ਪਟਾਕੇ ਚਲਾ ਕੇ, ਆਤਿਸ਼ਬਾਜ਼ੀ ਚਲਾ ਕੇ, ਉਹਨੂੰ ਘਟਾਉਣਾ ਚਾਹੀਦਾ ਤਾਂ ਕਿ ਭਾਰਤ ਦਾ ਵਾਤਾਵਰਨ ਬਚ ਸਕੇ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਜੀ ਵੱਲੋਂ ਅਤੇ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਵਾਲੇ, ਡਾਕਟਰ ਲਖਵਿੰਦਰ ਸਿੰਘ ਜੀ, ਇਹਨਾਂ ਗੁਰਮੁਖਾਂ ਪਿਆਰਿਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪ੍ਰਕਰਮਾਂ ਵਿੱਚ ਅੰਬਾਂ ਦੇ ਬੂਟੇ ਲਾਉਣ ਦੀ ਅਰੰਭਤਾ ਕੀਤੀ ਗਈ ਹੈ। ਪੁਰਾਣੇ ਸਮੇਂ ਪ੍ਰਕਰਮਾਂ ਵਿੱਚ ਅੰਬਾਂ ਦੇ ਬੂਟੇ ਹੋਇਆ ਕਰਦੇ ਸਨ, ਔਰ ਇਹ ਅੰਬਾਂ ਦੇ ਬੂਟੇ ਇੱਕ ਤਾਂ ਸੰਗਤਾਂ ਨੂੰ ਗਰਮੀਆਂ ਵਿੱਚ ਗਰਮੀ ਤੋਂ ਰਾਹਤ ਦੇਣਗੇ, ਦੂਜਾ ਇਹਦੇ ਨਾਲ ਇੱਕ ਹਰਿਆਵਲਤਾ ਹੋਵੇਗੀ, ਔਰ ਤੀਜਾ ਇਹ ਜਿਹੜਾ ਹੈ ਪ੍ਰਦੂਸ਼ਣ ਤੋਂ ਸੋ ਹਰਿਮੰਦਰ ਸਾਹਿਬ ਨੂੰ ਮੁਕਤ ਕਰੇਗਾ, ਕਿਉਂਕਿ ਪ੍ਰਦੂਸ਼ਣ ਦੇ ਕਾਰਨ ਜਿੱਥੇ ਹਰਿਮੰਦਰ ਸਾਹਿਬ ਜੀ ਦਾ ਸੋਨਾ ਜਿਹੜਾ ਹੈ ਉਹ ਕਾਲਾ ਹੋ ਜਾਂਦਾ ਹੈ, ਬਹੁਤੇ ਜਦੋਂ ਰੁੱਖ ਲੱਗਣਗੇ ਤਾਂ ਉਹਨਾਂ ਦਰੱਖਤਾਂ ਦੇ ਕਾਰਨ ਇਹ ਪ੍ਰਦੂਸ਼ਣ ਤੋਂ ਜਿਹੜੀ ਹੈ ਰਾਹਤ ਮਿਲੇਗੀ। ਇੱਥੋਂ ਹੋਰ ਵੀ ਸੰਸਾਰੀ ਜੀਵ ਜਿਹੜੇ ਨੇ ਉਹ ਚੰਗਾ ਸੰਦੇਸ਼ ਲੈ ਕੇ ਜਾਣਗੇ। ਸੋ ਅੱਜ ਅੰਬਾਂ ਦੇ ਬੂਟਿਆਂ ਦੀ ਪ੍ਰਾਰੰਭਤਾ ਡਾਕਟਰ ਰੂਪ ਸਿੰਘ ਜੀ, ਬਾਬਾ ਗੁਰਮੀਤ ਸਿੰਘ ਜੀ, ਡਾਕਟਰ ਲਖਵਿੰਦਰ ਸਿੰਘ ਜੀ, ਸਰਦਾਰ ਮਨਜੀਤ ਸਿੰਘ ਜੀ ਬਾਠ ਔਰ ਸਰਦਾਰ ਜਸਵਿੰਦਰ ਸਿੰਘ ਜੀ ਦੀਨਪੁਰ, ਇਹਨਾਂ ਸਾਰੇ ਵੀਰਾਂ ਨੇ ਰਲ ਮਿਲ ਕੇ ਕੀਤੀ ਹੈ। ਬਹੁਤ ਬਹੁਤ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੇਰਾ ਨਾਮ ਗੁਰਮੀਤ ਸਿੰਘ ਹੈ ਜੀ। ਖੋਸਾ ਕਲੱਸਟਰ ਦੇ ਵਿੱਚ ਦਾ ਸੇਵਾ ਕਰਦਾ ਔਰ ਅੱਜ ਦਾ ਮੁੱਖ ਜਿਹੜਾ ਵਿਸ਼ਾ ਸੀਗਾ ਕਲੀਨ ਦੀਵਾਲੀ ਦੇ ਤੌਰ 'ਤੇ ਮਤਲਬ ਸ਼੍ਰੀ ਦਰਬਾਰ ਸਾਹਿਬ ਵਿਖੇ 16 ਬੂਟੇ ਜਿਹੜੇ ਨੇ ਉਹਨਾਂ ਨੂੰ ਪਲਾਂਟ ਕੀਤਾ ਗਿਆ ਔਰ ਇਹਦੇ ਰਾਹੀਂ ਸਮੁੱਚੇ ਸਿੱਖ ਜਗਤ ਨੂੰ ਸਿੰਘ ਸਾਹਿਬ ਜੀ ਵੱਲੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਗਿਆ ਕਿ ਪੰਜਾਬੀ ਹਰ ਕੰਮ ਵਿੱਚ ਅੱਗੇ ਰਹਿੰਦੇ ਨੇ। ਹਰੀ ਕ੍ਰਾਂਤੀ ਰਾਹੀਂ ਪੂਰੇ ਸੰਸਾਰ ਦਾ ਪੇਟ ਭਰਨ ਵਾਲੇ ਅੰਨਦਾਤਾ ਨੇ ਮਿੰਨੀ ਪੰਜਾਬਾਂ ਦੇ ਰਾਹੀਂ ਪੂਰੇ ਸੰਸਾਰ ਨੂੰ ਆਪਣੀ ਡੌਲਿਆਂ ਦੀ ਜ਼ੋਰ ਅਜਮਾਇਸ਼ ਵਿਖਾਉਣ ਵਾਲੇ ਨੇ ਔਰ ਨਾਲ ਨਾਲ ਅਗਰ ਅੱਜ ਪੋਲਿਊਸ਼ਨ ਦਾ ਦੌਰਾ ਦੌਰ ਆ ਗਿਆ ਤਾਂ ਮੈਂ ਸਮਝਦਾ ਇਹਦੇ ਵਿੱਚੋਂ ਵੀ ਨਜਾਤ ਪਾਉਣ ਦਾ ਪਾਠ ਪੜ੍ਹਾਉਣ ਵਾਲੇ ਨੇ। ਮੈਂ ਸਮਝਦਾ ਵੀ ਜਿਹੜੀ ਅੱਜ ਦੀ ਦੀਵਾਲੀ ਹੈ ਜਿੰਨੇ ਵੀ ਮੇਰੇ ਵੀਰ ਇਸ ਮੀਡੀਆ ਰਾਹੀਂ ਸੁਣਦੇ ਨੇ ਉਹ ਆਪਣੇ ਘਰਾਂ ਵਿੱਚ ਕ੍ਰੈਕਿੰਗ ਨੂੰ ਛੱਡ ਕੇ ਦੀਵਾਲੀ ਨੂੰ ਕਲੀਨਿੰਗ ਰੂਪ ਦੇ ਵਿੱਚ ਜਿਸ ਤਰ੍ਹਾਂ ਵੀ ਉਹ ਚਾਹੁੰਦੇ ਨੇ, ਚਾਹੇ ਉਹ ਤੇਲ ਦੇ ਦੀਵੇ ਜਗਾ ਲੈਣ, ਚਾਹੇ ਦੇਸੀ ਘੀ ਦੇ ਦੀਵੇ ਜਗਾ ਲੈਣ, ਚਾਹੇ ਕੋਈ ਚਾਰ ਪਲਾਂਟ ਲਾ ਲੈਣ, ਚਾਹੇ ਕਿਸੇ ਲੋੜਵੰਦ ਗਰੀਬ ਬੱਚੇ ਦੀ ਫੀਸ ਦੇ ਕੇ, ਇਹ ਮਹਿਸੂਸ ਕਰਨ ਕਿ ਮੇਰਾ ਗੁਰੂ ਰਾਮਦਾਸ ਨੀਚ ਊਚ ਕਰੇ ਵਾਲਾ ਹੈ, ਐਸੀ ਲਾਲ ਤੁਝ ਮਨ ਕੌਣ ਕਰੇ ਦਾ ਪਾਠ ਪੜ੍ਹਾਉਣ ਵਾਲਾ। ਬਹੁਤ ਬਹੁਤ ਧੰਨਵਾਦ। 16 ਬੂਟੇ ਲਾਏ ਗਏ।